ਸਤਿ ਸ਼੍ਰੀ ਅਕਾਲ ਜੀ, ਮੈਂ ਡਿਪਟੀ ਕਮਿਸ਼ਨਰ ਜਲੰਧਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ, ਪਰ ਨਾਲ ਹੀ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਭੀਸ਼ਣ ਗਰਮੀ ਦੇ ਦਿਨ ਚੱਲਦੇ ਪਏ ਨੇ। ਜਿਹੜਾ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 6 ਵਜੇ ਤੱਕ ਰਹਿਣਾ। ਸਾਡੇ ਜਲੰਧਰ ਦੇ ਵਿੱਚ 1951 ਪੋਲਿੰਗ ਬੂਥ ਅਸੀਂ ਤਿਆਰ ਕਰਵਾਏ ਨੇ। ਇਹਨਾਂ ਦੀ ਤਿਆਰੀ ਕਾਫੀ ਸਮੇਂ ਤੋਂ ਚੱਲਦੀ ਪਈ ਹੈ। ਇਹਨਾਂ ਸਾਰਿਆਂ ਬੂਥਾਂ ਦੇ ਵਿੱਚ ਪੀਣ ਦਾ ਪਾਣੀ, ਛਾਂ ਦੇ ਪ੍ਰਬੰਧ, ਟਾਇਲਟ ਕਰਨ ਲਈ ਥਾਂ, ਉਹ ਸਾਰਾ ਅਸੀਂ ਤਿਆਰ ਕੀਤੇ ਨੇ। ਨਾਲ ਹੀ ਇਸ ਦੇ 97 ਅਸੀਂ ਜਿਹੜੇ ਮਾਡਲ ਪੋਲਿੰਗ ਬੂਥ ਤਿਆਰ ਕਰਵਾਏ ਨੇ, ਜਿਸ ਦੇ ਵਿੱਚ ਇਹਨਾਂ ਸਾਰੀ ਚੀਜ਼ਾਂ ਤੋਂ ਇਲਾਵਾ ਸਾਡੀ ਪਾਣੀ ਦੀ ਛਬੀਲਾਂ, ਸ਼ਰਬਤ, ਮੈਡੀਕਲ ਟੀਮਾਂ ਦੀ ਵਿਵਸਥਾ, ਟੈਂਟ, ਸ਼ਮਿਆਨਾ, ਕੁਰਸੀਆਂ, ਵੀਲਚੇਅਰ, ਇਹ ਸਾਰੇ ਪ੍ਰਬੰਧ ਇਹਨਾਂ ਮਾਡਲ ਬੂਥਾਂ ਦੇ ਵਿੱਚ, ਇਸ ਤੋਂ ਇਲਾਵਾ ਸਾਡੇ ਬਾਕੀ ਬੂਥਾਂ ਦੇ ਵਿੱਚ ਵੀ ਅਸੀਂ ਕੀਤੇ ਨੇ। ਸਾਨੂੰ ਇਹ ਪੂਰੀ ਉਮੀਦ ਹੈ ਕਿ ਇਹਨਾਂ ਪ੍ਰਬੰਧਾਂ ਨਾਲ ਕਿਸੇ ਵੀ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਆਵੇਗੀ। ਫਿਰ ਵੀ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ 1 ਜੂਨ ਨੂੰ ਜਦੋਂ ਤੁਸੀਂ ਵੋਟ ਪਾਉਣ ਆਓ, ਆਪਣੇ ਆਪ ਦਾ ਪੂਰਾ ਤੁਸੀਂ ਖਿਆਲ ਰੱਖੋ, ਚੰਗੀ ਤਰ੍ਹਾਂ ਆਪਣੀ ਬਾਡੀ ਨੂੰ ਹਾਈਡਰੇਟ ਕਰਕੇ ਰੱਖੋ, ਪਾਣੀ ਪੀ ਕੇ ਚੱਲੋ, ਖਾਣਾ ਖਾ ਕੇ ਚੱਲੋ, ਤਾਂ ਕਿ ਤੁਹਾਨੂੰ ਬਾਅਦ 'ਚ ਕੋਈ ਤਕਲੀਫ ਨਹੀਂ ਆਉਣ। ਅਸੀਂ ਹਰ ਬੂਥ ਦੇ ਉੱਤੇ ਆਪਣੀ ਵਲੰਟੀਅਰ ਟੀਮ, ਸਾਡੀ ਮੈਡੀਕਲ ਟੀਮ ਉੱਥੇ ਤੈਨਾਤ ਕੀਤੀ ਹੈ, ਤਾਂ ਜੋ ਕਿਸੇ ਵੋਟਰ ਨੂੰ ਜੇ ਕੋਈ ਤਕਲੀਫ ਆਉਂਦੀ ਵੀ ਹੈ ਤਾਂ ਉਸਨੂੰ ਉਸੇ ਵੇਲੇ ਪ੍ਰਬੰਧ ਉਸਦਾ ਕਰ ਲਿਆ ਜਾਵੇ, ਉਸਦੀ ਦੇਖਭਾਲ ਕਰ ਲਈ ਜਾਵੇ। ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਅਪੀਲ ਕਰਦਾ, ਸਵੇਰ ਦਾ ਸਮਾਂ ਹੋਣ ਕਾਰਨ ਜੇ ਤੁਸੀਂ ਅਰਲੀ ਵੋਟਿੰਗ ਕਰ ਸਕੋ, ਧੁੱਪ ਚੜ੍ਹਨ ਤੋਂ ਪਹਿਲਾਂ, ਤੇਜ਼ ਧੁੱਪ ਚੜ੍ਹਨ ਤੋਂ ਪਹਿਲਾਂ, ਉਹ ਵੀ ਸਾਰਿਆਂ ਲਈ ਫਾਇਦੇਮੰਦ ਹੋਣਾ ਹੈਗਾ। ਸਾਰਿਆਂ ਨੂੰ ਅਪੀਲ ਇਹੀ ਹੈ ਕਿ ਸਾਡਾ ਜਿਹੜਾ ਮਾਨਯੋਗ ECI ਦਾ ਟੀਚਾ ਹੈ ਕਿ 70% ਤੋਂ ਵੱਧ ਵੋਟਿੰਗ ਆਪਾਂ ਹਰ ਜ਼ਿਲ੍ਹੇ ਦੇ ਵਿੱਚ ਕਰਵਾਉਣੀ ਹੈ, ਜਲੰਧਰ ਇਹਦੇ ਵਿੱਚ ਪਿੱਛੇ ਨਾ ਰਹਿ ਜਾਵੇ। ਮੈਂ ਜ਼ਿਲ੍ਹਾ ਜਲੰਧਰ ਵੱਲੋਂ ਇਹੀ ਸਾਰਿਆਂ ਨੂੰ ਅਪੀਲ ਕਰਦਾ, ਜ਼ਿਲ੍ਹਾ ਜਲੰਧਰ ਇੱਕ ਗੱਲ ਨੋਟ ਕਰ, 1 ਜੂਨ ਨੂੰ ਵੋਟ ਕਰ। ਧੰਨਵਾਦ।